ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਮਿੰਨੀ ਕਹਾਣੀ ਹੈ ਬੇਵਸੀ ਇਹ ਕਬਰਜੀਤ ਕੌਰ ਕਮਲ ਦੀ ਰਚਨਾ ਹੈ ਹਰਜੀਤ ਮਾਪਿਓ ਦੀ लाਡਲੀ ਸੀ ਉਹ ਸਕੂਲ ਵਿੱਚ ਖੇਡਾਂ ਵਿੱਚ ਹਮੇਸ਼ਾ ਅੱਵਲ ਆਉਂਦੀ ਅੱਜ ਉਹਦੇ ਪਿਤਾ ਨੇ ਅਗਲੀ ਪੜ੍ਹਾਈ ਲਈ ਬੜੇ ਚਾਅ ਨਾਲ ਉਹਨੂੰ ਹੋਟਲ ਛੱਡ ਦਿੱਤਾ ਅਤੇ ਨਵੇਂ ਬੂਟ ਤੇ ਕੱਪੜੇ ਵੀ ਖਰੀਦ ਕੇ ਦਿੱਤੇ ਹਰਜੀਤ ਵੀ ਦੌੜ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲੱਗੀ ਇਤੋਂ ਤੱਕ ਕਿ ਕਾਲਜ ਦੀ ਸਭ ਤੋਂ ਤੇਜ਼ ਦੌੜਨ ਵਾਲੀ ਖਿਡਾਰੀ ਪੰਮੀ ਨੂੰ ਵੀ ਪਿੱਛੇ ਛੱਡਣ ਲੱਗ ਪਈ ਹੁਣ ਉਹਦੇ ਮਨ ਵਿੱਚ ਇੱਕ ਖਿਆਲ ਰਹਿੰਦਾ ਕਿ ਜ਼ਿਲ੍ਹਾ ਪੱਤਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਉਹ ਚੁਣੀ ਜਾਵੇ ਆਖਿਰ ਉਹ ਸਮਾਂ ਆ ਗਿਆ ਅੱਜ ਗਰਾਊਂਡ ਵਿੱਚ ਸਾਰੇ ਮੋੜੀ ਖਿਡਾਰੀ ਜ਼ਿਲ੍ਹਾ ਪੱਤਰ ਦੀ ਚੋਣ ਲਈ ਪਹੁੰਚੇ ਹਰਜੀਤ ਪਹਿਲੇ ਸਥਾਨ ਤੇ ਆਈ ਪਰ ਉਦੋਂ ਹੀ ਇੱਕ VIP ਗੱਡੀ ਵਿੱਚੋਂ ਕੋਈ ਬੰਦਾ ਕੋ ਸਾਹਿਬ ਨੂੰ ਮਿਲਣ ਆਇਆ ਕੋ ਸਾਹਿਬ ਨੇ ਬੇਵਸੀ ਭਰੀਆਂ ਨਜ਼ਰਾਂ ਵੱਨਾਲ ਹਰਜੀਤ ਵੱਲ ਤੱਕਿਆ ਦੂਸਰੇ ਦਿਨ ਨੋਟਿਸ ਬੋਰਡ 'ਤੇ ਆਪਣੀ ਥਾ ਪੰਮੀ ਦਾ ਨਾਂ ਦੇਖ ਕੇ ਹਰਜੀਤ ਨੂੰ ਕੋ ਸਾਹਿਬ ਦੀਆਂ ਬੇਵਸੀ ਭੜੀਆਂ ਅੱਖਾਂ yaad ਆ ਗਈਆਂ ਤੇ ਹਰਜੀਤ ਦੇ ਜੋਸ਼ ਨੇ ਸਦਾ ਲਈ ਅੱਖਾਂ ਮੀਚ ਲਈਆਂ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫਾਰ ਮੋਰ ਵੀਡੀਓਜ਼